ਮੈਨੂੰ ਪਤਾ ਹੀ ਨਹੀਂ ਲੱਗਿਆ ਮੈਨੂੰ ਕੀ ਹੋ ਗਿਆ, ਇਹਨਾਂ ਨੇ ਮੈਨੂੰ ਕਿਵੇਂ, ਮੈਂ ਕਿਵੇਂ ਆਪਦੇ ਮੁੰਡੇ ਨੂੰ ਬਚਾਉਂਦੀ ਅਤੇ ਇਹਨਾਂ ਨੂੰ ਮੈਂ ਬਾਹਰ ਖਿੱਚਿਆ, ਅਤੇ ਫਿਰ ਨਹੀਂ ਮੈਨੂੰ ਪਤਾ ਵੀ ਮੈਨੂੰ ਕੀ ਹੋਇਆ। ਜਦ ਮੈਂ ਉੱਠੀ ਹਾਂ ਮੇਰੀ ਉਂਗਲ ਮੈਨੂੰ ਇੰਨਾ ਦਿਖੀ, ਬਸ ਉਂਗਲ ਦਿਖੀ ਮੈਨੂੰ, ਮੇਰੀ ਉਂਗਲ ਟੇਢੀ ਹੋ ਚੁੱਕੀ। ਮਾਰਾ ਕਿਉਂ ਆਪਣੇ ਬੇਟੇ ਕੋ? ਕੁੱਟਮਾਰ ਕਿਉਂ ਕੀਤੀ, ਕੀ ਕਾਰਨ ਕੀ ਹੈ? ਕੁੱਟਮਾਰ ਉਹਨੇ, ਇਹ ਸਾਨੂੰ ਜਾਣਦੀ ਨਹੀਂ ਕਿਉਂਕਿ ਮੈਂ ਆਪਣੇ ਪੇਕਿਆਂ ਦੇ 3 ਸਾਲ ਤੋਂ ਬੈਠੀ ਹਾਂ। ਹਰ ਜਦੋਂ ਦੀ ਮੈਂ ਇੱਥੇ ਬੈਠੀ ਤੁਸੀਂ ਮੇਰੇ ਉੱਤੇ ਆ ਕੇ ਬਹਿ ਗਈਆਂ, ਮੇਰਾ ਖਾਂਦੇ ਆ ਤੁਸੀਂ, ਬਸ ਤੰਗ ਕਰਦੀ ਮੇਰੇ ਮੁੰਡੇ ਦੇ, ਥੁੱਪੜ ਮਾਰਦੀ ਰਹਿੰਦੀ, ਕਦੇ ਕੁਛ ਕਰਦੀ ਆ। ਅਤੇ ਇਹਨਾਂ ਦੀ ਇਹਨਾਂ ਦੀ ਆਪਣੀਆਂ 2 ਬੇਟੀਆਂ ਵਾ, ਮੇਰੀਆਂ ਬੱਚੀਆਂ, ਉਹ ਸਾਰਾ ਦਿਨ ਮੇਰੇ ਕੋਲ ਰਹਿੰਦੀਆਂ। ਮੈਂ ਉਹਨਾਂ ਨੂੰ ਸਕੂਲ ਛੱਡ ਕੇ ਆਉਂਦੀ ਹਾਂ ਆਪਣੇ ਬੱਚੇ ਦੇ ਨਾਲ, ਛੋਟੀ ਵੱਡੀ ਬੇਟੀ ਨੂੰ, ਇੰਨਾ ਮੈਨੂੰ ਪਿਆਰ ਕਰਦੇ ਬੱਚੇ, ਪਰ ਪਤਾ ਨਹੀਂ ਕਿਉਂ ਉਹ ਮੇਰੇ ਅਤੇ ਇਹਦੇ ਬੱਚੇ, ਇਹਦੇ ਮੇਰੇ ਪੁੱਤ ਦੇ ਮਗਰ ਪਈ ਹੋਏ ਆ। ਬਸ ਵੀ ਘਰੋਂ ਨਿਕਲ ਜਾਓ, ਘਰੋਂ ਨਿਕਲ ਜਾਓ, ਬਸ ਆਹੀ ਕਰਦੇ ਰਹਿੰਦੇ। ਤੁਸੀਂ ਮਾਇਕੇ ਰਹਿੰਦੇ ਹੋ? ਹਾਂਜੀ। ਕਿੰਨੀ ਦੇਰ ਤੋਂ? 3 ਸਾਲ ਹੋ ਗਏ। ਅੱਛਾ, ਅਤੇ ਉਹ 3 ਸਾਲ ਤੋਂ ਇਹ ਕੁਛ ਚੱਲ ਰਿਹਾ? ਹਾਂਜੀ, ਬਸ ਕਹਿ ਦਿੰਦੇ ਆ ਮੇਰੇ ਉੱਤੇ ਆ ਕੇ, ਮੇਰੇ ਮੇਰਾ ਖਾਂਦੀਆਂ ਵਾ ਕੇ, ਮੇਰਾ ਖਾਣ ਲੱਗ ਗਿਆ ਕੇ, ਕੱਟਾ ਚਮਤਾ ਇਹੋ ਜਿਹਾ ਕੁਛ ਬੋਲਦੇ ਰਹਿੰਦੇ ਆ। ਤੁਹਾਡੇ ਬ੍ਰਦਰ ਕੀ ਕਰਦੇ ਨੇ? ਸਾਡਾ ਮੇਰੇ ਬ੍ਰਦਰ ਦੀ ਸ਼ੌਪ ਆ। ਅੱਛਾ, ਉਹ ਹੈ ਨਹੀਂ ਸੀਗੀ ਘਰੇ? ਉਹਦੀ ਨਹੀਂ, ਉਸ ਟਾਈਮ ਕੋਈ ਨਹੀਂ, ਮੇਰੀ ਸਿਸਟਰ ਸੀਗੀ ਘਰੇ ਉਸ ਟਾਈਮ, ਅਤੇ ਉਸ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਮੇਰੇ ਬ੍ਰਦਰ ਵਾਸ਼ਰੂਮ ਆਏ ਸੀਗੇ, ਅਤੇ ਉਹ ਥੋੜ੍ਹੀ ਦੇਰ ਪਹਿਲਾਂ ਹੀ ਜਾ ਕੇ ਘਰੋਂ ਹੋ ਕੇ ਗਏ ਸੀਗੇ। ਅੱਛਾ, ਅਤੇ CCTV ਫੁਟੇਜ ਦੇ ਵਿੱਚ ਵੀ ਕੋਈ ਵੀਡੀਓ ਆਈ ਹੈ? ਕੈਮਰੇ ਵੀ ਲੱਗੇ ਹੋਏ? ਹਾਂਜੀ, ਸਾਡੇ ਘਰੇ ਕੈਮਰੇ ਲੱਗੇ ਹੋਏ ਆ। ਕਿ ਉਹਦੇ ਵਿੱਚ ਕੀ ਆਇਆ? ਉਹਦੇ ਵਿੱਚ ਆਇਆ ਵਾ, ਤੁਸੀਂ ਤੁਹਾਨੂੰ ਸ਼ੋਅ ਕਰ ਦੇਣਗੇ, ਉਹਦੇ ਵਿੱਚ ਆਇਆ ਹੈਗਾ ਵੀ ਇਹ ਮੇਰੇ ਕਮਰੇ 'ਚ ਆਉਂਦੇ ਆ, ਮੈਨੂੰ ਮਾਰਦੇ ਆ, ਫਿਰ ਤਾਂ ਕਿੱਦਾਂ ਮੈਨੂੰ ਉੱਤੋਂ ਢਾਹ ਲਿਆ ਇਹਨਾਂ ਨੇ, ਅਤੇ ਮੈਨੂੰ ਸਭ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਆ। ਅਤੇ ਕੈਮਰੇ ਕਦੋਂ ਲਵਾਏ ਘਰ ਦੇ ਤੁਸੀਂ? ਇਹ ਸਾਡੇ ਇਹਨਾਂ ਇੱਕ ਮੇਰੀ ਜਿਹੜੀ ਇਹ ਭਾਬੀ ਜੀ ਆ ਨਾ, ਇਹਨਾਂ ਨੇ ਪਹਿਲਾਂ ਵੀ ਇੱਕ ਵਾਰੀ ਮੇਰੀ ਛੋਟੀ ਸਿਸਟਰ ਅਨਮੈਰਿਡ ਆ, ਉਹਦੇ ਨਾਲ ਇਹਨੇ ਹੱਥੋਂ ਪਾਈ ਕੀਤੀ ਸੀ। ਉਸ ਟਾਈਮ ਸਾਡੇ ਘਰ ਕੈਮਰੇ ਨੇ ਲੱਗੇ ਸੀਗੇ, ਇਹਨਾਂ ਨੇ ਨਾ ਆਪਣੇ ਬਾਹਰੋਂ ਕਿਤੋਂ ਨਿਸ਼ਾਨ ਮਰਵਾ ਲਿਆ, ਅਤੇ ਪੁਲਿਸ ਵਾਲਿਆਂ ਨਾਲ ਬੈਠ ਕੇ SHO ਉਸ ਟਾਈਮ ਸੁਰਜੀਤ ਸਿੰਘ ਹੁੰਦਾ ਸੀਗਾ, SHO ਸੁਰਜੀਤ ਸਿੰਘ ਦੇ ਨਾਲ ਉਹਨਾਂ ਨੇ ਆਪਦੇ ਕਿਸੇ ਨੂੰ ਭੇਜਿਆ ਨਾਲ, ਲੇਡੀ ਪੁਲਿਸ ਨੂੰ ਲੈ ਕੇ ਗੱਡੀ ਦੇ ਵਿੱਚ ਬੈਠ ਕੇ ਇਹ ਆਈ, ਕਹਿੰਦੀ ਵੀ ਮੇਰੀ ਨਨਾਣੇ ਮੇਰੇ ਇੱਥੇ ਨਿਸ਼ਾਨ ਮਾਰਿਆ, ਅਤੇ ਅਰੈਸਟ ਕਰਕੇ ਨਾਲ ਦੇ ਨਾਲ ਹੀ ਲੈ ਗਏ। ਇਸ ਕਰਕੇ ਸਾਨੂੰ ਉੱਥੇ ਕੈਮਰੇ ਤੋਂ ਬਾਹਰ ਲਵਾਉਣੇ ਪਏ ਘਰੇ, ਅਤੇ ਸਾਨੂੰ ਪੁਲਿਸ ਵਾਲਿਆਂ ਨੇ ਕਿਹਾ ਕਿ ਜੇ ਤੁਸੀਂ ਇਹਨਾਂ ਤੋਂ ਬਚਣਾ ਵਾ ਤਾਂ ਘਰੇ ਤੁਸੀਂ ਆਪਣੀ ਸਿਕਿਉਰਿਟੀ ਲਈ ਕੈਮਰੇ ਲਗਵਾ ਲਓ, ਇਸ ਕਰਕੇ ਅਸੀਂ ਕੈਮਰੇ ਲਵਾਏ। ਕੀ ਚਾਹੁੰਦੇ ਹੋ ਤੁਸੀਂ? ਮੈਂ ਚਾਹੁੰਦੀ ਹਾਂ ਵੀ ਸਾਨੂੰ ਇਨਸਾਫ ਮਿਲੇ। ਦੇਖੋ ਮੇਰੇ ਇੱਕ ਇੰਜਰੀ ਮੈਨੂੰ ਕੀਤੀ ਆ, ਕੱਲ੍ਹ ਨੂੰ ਮੇਰੇ ਬੱਚੇ ਨੂੰ ਕੁਝ ਕਰ ਦੇਵੇ, ਮੈਨੂੰ ਮੇਰੇ ਘਰਦਿਆਂ ਨੂੰ ਇਹਨਾਂ ਨਾਲ ਕਰ ਦੇਣਾ। ਬਾਪੀ ਹੈ ਜੀ, ਅਸੀਂ ਤਾਂ ਦੁਕਾਨ 'ਤੇ ਕੰਮ ਕਰਦੇ ਪਏ ਸੀਗੇ, ਸਾਨੂੰ ਆ ਮੇਰੀ ਛੋਟੀ ਬੇਟੀ ਨੇ ਆਖਿਆ ਵੀ ਯਾਨੀ ਕਿ ਅਸੀਂ ਕੈਮਰੇ ਵਿੱਚ ਵੀ ਯਾਨੀ ਕਿ ਦੇਖਿਆ ਜਾਣੀ ਕੋਈ ਕੁੜੀ ਲੜਕੀ ਛੋਟੀ ਵੇਖ ਰਹੀ ਸੀਗੀ, ਤਾਂ ਉਹਦੇ ਯਾਨੀ ਕਿ ਸਾਨੂੰ ਦੱਸਿਆ ਵੀ ਮੇਰੀ ਭਾਬੀ ਅੰਦਰ ਵੜ ਗਈ ਹੈ ਅਤੇ ਇਹਨੂੰ ਯਾਨੀ ਕਿ ਖਿੱਚ ਕੇ ਧੂ ਕੇ ਬਾਹਰ ਲਿਜਾਉਂਦੀ ਹੈ। ਅਸੀਂ ਉਦੋਂ ਹੀ ਭੱਜ ਕੇ ਯਾਨੀ ਕਿ ਉੱਥੇ ਗਏ, ਅਤੇ ਜਦੋਂ ਜਾ ਕੇ ਵੇਖਿਆ ਤਾਂ ਮੇਰੀ ਜਿਹੜੀ ਨੂੰਹ ਸੀਗੀ ਮੇਰੀ ਲੜਕੀ ਨੂੰ ਥੱਲੇ ਲਈ ਬੈਠੀ ਸੀਗੀ, ਅਤੇ ਮੈਂ ਜਾ ਕੇ ਪਿੱਛੋਂ ਫਿਰ ਜਾ ਕੇ ਉਹਨੂੰ ਮਤਲਬ ਫੜ ਕੇ ਅਤੇ ਯਾਨੀ ਕਿ ਵੀ ਉਹਨੂੰ ਪਾਸੇ ਖਟਾਈ, ਇਹ 1 ਮਿੰਟ ਦੇ ਇੱਕ ਤਾਂ ਉਸ ਮਿੰਟ ਦੀ ਗੱਲ ਹੀ ਹੈ ਸਾਰੀ ਇਹ, ਅਤੇ ਮੇਰੀ ਜਦੋਂ ਕੁੜੀ ਥੱਲਿਓਂ ਨਿਕਲੀ ਉਹਦੇ ਅਤੇ ਇਹ ਯਾਨੀ ਕਿ ਇਹਦੀ ਉਂਗਲ ਟੁੱਟ ਚੁੱਕੀ ਸੀ। ਕੀ ਕਾਰਨ ਕੀ ਹੈ ਜੀ ਕੁੱਟਮਾਰ ਦਾ? ਅਤੇ ਕੁੱਟਮ ਜਿੱਦਣ ਦੀ ਵਿਆਹ ਕੇ ਲਿਆਂਦੀ ਹੈ ਉਸੇ ਦਿਨ ਤੋਂ ਹੀ ਸਾਨੂੰ ਟਿਕਟ ਨਹੀਂ ਦਿੱਤਾ, 20-25 ਲੱਖ ਰੁਪਏ ਤਾਂ ਸਾਨੂੰ ਥੱਲੇ ਲਾਤਾ ਇਹਨੇ। ਹਰ ਯਾਨੀ ਕਿ ਸਾਲ ਹਰ 6 ਮਹੀਨੇ ਬਾਅਦ ਹਰ ਅੱਧੇ ਘੰਟੇ ਬਾਅਦ ਇਹਦਾ ਕੋਈ ਨਾ ਕੋਈ ਗੱਲਬਾਤ ਆਉਂਦੀ ਰਹਿੰਦੀ ਹੈ। ਸਾਡੀ ਪੁਲਿਸ ਵਾਲਿਆਂ ਦੇ ਕੋਲ ਕੋਈ ਸੁਣਵਾਈ ਨਹੀਂ ਹੁੰਦੀ। ਆ ਪਿੱਛੇ ਜੀ ਯਾਨੀ ਕਿ ਵੀ 22 ਤਰੀਕ ਨੂੰ ਅਸੀਂ ਯਾਨੀ ਕਿ SSP ਨੂੰ ਵੀ ਦਿੱਤਾ ਸੀਗਾ, ਯਾਨੀ ਕਿ ਹੈਲਪਮੈਂਟ, ਉਹ ਕਹਿੰਦੇ ਸੀਗੇ ਵੀ ਉਹਨਾਂ ਨੇ ਸਾਨੂੰ ਇੰਨੀ ਗੱਲਾਂ ਜਿਹੀਆਂ ਕਹਿ ਦੀਆਂ ਵੀ ਇਹ ਘਰੇਲੂ ਮਾਮਲਾ, ਯਾਨੀ ਕਿ ਤੁਸੀਂ ਇਹਦੀ ਕਲਿੱਪ ਲੈ ਕੇ ਆਓ। ਇਹੀ ਕਲਿੱਪ ਲੈਣ ਦੀ ਖਾਤਰ ਯਾਨੀ ਕਿ ਹੁਣੇ ਗਾਲਾਂ ਕੱਢੀ ਜਾਂਦੀ ਸੀਗੀ, ਜਿਸ ਮੁਲਕ ਲੜਕੀ ਜਿਹੜੀ ਬਣਾਉਂਦੀ ਪਈ ਸੀ ਇਹ ਮਤਲਬ ਬਣਾ ਰਹੀ ਸੀ ਇਹ, ਅਤੇ ਉਹੀ ਫੋਨ ਖੋਹਣ ਦੀ ਖਾਤਰ ਯਾਨੀ ਕਿ ਨਾਲੇ ਗਾਲਾਂ ਕੱਢ ਰਹੀ ਸੀ, ਨਾਲੇ ਫੋਨ ਖੋਹਣ ਦੀ ਖਾਤਰ ਅੰਦਰ ਗਈ ਇਹ, ਅੰਦਰ ਯਾਨੀ ਕਿ ਫੋਨ ਵੀ ਖੋਹਦੇ ਨੇ, ਬੱਚੇ ਨੂੰ ਨਾਲੇ ਕਿ ਗਾਲਾਂ ਕੱਢ ਰਹੀ ਸੀ ਉਸ ਮੌਕੇ ਫਿਰ ਬਣਾ ਰਹੀ ਸੀ ਅੰਦਰ ਇਹ, ਉਸ ਮੌਕੇ ਘੜੀਸ ਕੇ ਅੰਦਰ ਵੜ ਗਿਆ। ਇਹ ਕੈਮਰਿਆਂ ਦੇ ਮੂਹਰੇ ਨਹੀਂ ਆਉਣਾ ਚਾਹੁੰਦੀ ਸੀਗੀ ਇਹ, ਇਹ ਯਾਨੀ ਕਿ ਵੀ ਇਹਨੂੰ ਅੰਦਰ ਹੀ ਅੰਦਰ ਇਹਨੂੰ ਕੁੱਟ ਕੇ ਯਾਨੀ ਕਿ ਮਾਰਨਾ ਚਾਹੁੰਦੀ ਸੀ, ਅਤੇ ਇਹ ਜਿਹੜੀ ਸਾਡੀ ਲੜਕੀ ਇਹਨੂੰ ਅੰਦਰ ਬਾਹਰ ਖਿੱਚ ਕੇ ਲਿਆਉਂਦੀ ਸੀ, ਇਹ ਅੰਦਰ ਹੀ ਅੰਦਰ ਇਹਨੂੰ ਕੁੱਟ ਮਾਰਨਾ ਚਾਹੁੰਦੀ ਸੀ। ਕਾਰਨ ਕੀ ਹੈ? ਕਿਉਂ ਕਾਰਨ ਮਤਲਬ ਇਹ ਰਹਿਣਾ ਦੇ, ਸਾਨੂੰ ਟਿਕਣ ਹੀ ਨਹੀਂ ਦਿੰਦੀ ਬਿਲਕੁਲ ਹੀ, ਮਤਲਬ ਸਾਨੂੰ ਸਮਝ ਨਹੀਂ ਆਉਂਦੀ। ਮੈਨੂੰ ਸਾਨੂੰ ਕਹਿੰਦੀ ਹੈ ਵੀ ਮੇਰਾ ਘਰ ਆ, ਵੀ ਤੁਸੀਂ ਬਾਹਰ ਨਿਕਲੋ, ਮੈਂ ਮੇਰੀ ਘਰ ਵਾਲੀ ਨੂੰ ਇਹ ਗੱਲ ਕਹਿੰਦੀ, ਮੈਂ ਗੁੱਤ ਫੜ ਕੇ 3 ਮਹੀਨੇ ਤੈਨੂੰ ਬਾਹਰ ਕੱਢ ਦੇਣਾ। ਸਮਝ ਨਹੀਂ ਆਉਂਦੀ ਸਾਨੂੰ ਵੀ ਇਹਨੂੰ ਕੌਣ ਕੀ ਗੱਲ ਕਹਿੰਦਾ ਕੀ ਨਹੀਂ ਕਹਿੰਦਾ। ਇਹਨੇ ਹੁਣ ਅਸੀਂ ਯਾਨੀ ਕਿ ਥਾਣੇ 'ਚੋਂ ਹੋ ਕੇ ਆਏ ਹਾਂ, ਇੰਨਾ ਬੋਲੀ ਯਾਨੀ ਕਿ ਮਤਲਬ ਥਾਣਾ ਕੁਲਵੰਤ ਸਿੰਘ ਯਾਨੀ ਕਿ SSI ਦੇ ਮੂਹਰੇ ਬੋਲੀ, ਅਸੀਂ ਨਹੀਂ ਬੋਲੇ ਬਿਲਕੁਲ। ਉਹ ਇੰਨਾ ਹੀ ਯਾਨੀ ਕਿ ਇਹਨਾਂ ਦੀ ਇਹਦੀ ਵੱਡੀ ਭੈਣ ਯਾਨੀ ਕਿ ਇਹ ਤੇ ਛੋਟੀ ਭੈਣ ਦੇ ਦਾ ਪਿਓ ਇੰਨਾ ਬੋਲੇ ਯਾਨੀ ਕਿ ਵੀ ਸਾਨੂੰ ਮਤਲਬ ਥਾਣੇ ਦਾ ਜੇਲ੍ਹ ਦੀਆਂ ਵੀ ਧਮਕੀਆਂ ਯਾਨੀ ਕਿ ਇਹਨਾਂ ਨੇ ਦਿੱਤੀਆਂ ਵੀ ਸਾਫ ਕਰਾ ਕੇ ਰੱਖੋ, 302 ਦੇ ਵਿੱਚ ਮੈਂ ਤੁਹਾਨੂੰ ਅੰਦਰ ਕਰਾਊਂਗਾ, ਤੁਹਾਨੂੰ ਸਾਰੇ ਪਰਿਵਾਰ ਨੂੰ ਇੰਨੀਆਂ ਧਮਕੀਆਂ ਦਿੱਤੀਆਂ ਬੇਸਾਬੀਆਂ। ਆ ਹੁਣ ਅੱਧੇ ਘੰਟੇ ਦੀ ਗੱਲ ਹੈ ਸਾਰੀ ਪਹਿਲਾਂ।
ਕੁਲਵੰਤ ਜੀ, ਇੱਕ ਭਾਬੀ ਵੱਲੋਂ ਨਨਾਣ ਨੂੰ ਕੁੱਟਣ ਦਾ ਮਾਮਲਾ ਸਾਹਮਣੇ ਆਇਆ, ਕੀ ਮਾਮਲਾ ਸੀ? ਕੌਰ ਪੁੱਤਰੀ ਚਰਨਜੀਤ ਸਿੰਘ ਅਤੇ ਉਹਦੇ ਬਿਆਨ 'ਤੇ ਸੰਦੀਪ ਕੌਰ ਪੁੱਤਰੀ ਜਰਨੈਲ ਸਿੰਘ ਵਾਸੀ ਜੀਤ ਨਗਰ ਮੋਗਾ ਦੇ ਖਿਲਾਫ 323-325 ਦਾ ਮੁਕੱਦਮਾ ਦਰਜ ਹੋਇਆ, ਜਿਹਦਾ ਕਿ ਮੁਰਮੁਰ ਅਰੈਸਟ ਕਰ ਲਿਆ। ਕੀ ਕਾਰਨ ਕੀ ਹੈ? ਇਹਨਾਂ ਦਾ ਆਪਸ ਵਿੱਚ ਘਰੇਲੂ ਝਗੜਾ ਜੀ, ਦੋਨੇ ਨਾਲ ਭਾਈ। ਕੋਈ ਕੁੱਟਣ ਦੀ ਫੁਟੇਜ ਵੀ ਸਾਹਮਣੇ ਆਈ ਹੈ? ਅਸੀਂ ਆਈ ਨਹੀਂ ਜੀ, ਸਾਨੂੰ ਦੇਣਗੇ, ਅਸੀਂ ਦੇਖ ਲਵਾਂਗੇ। ਅਸੀਂ ਹਸਪਤਾਲ ਦੇ MLR ਬਤਾਓ ਕਰ ਦਿੱਤੇ ਕਿ ਕੋਈ ਮੁੱਢਲੀ ਜਾਂਚ ਪਤਾ ਲੱਗਿਆ ਵੀ ਕੀ ਕਾਰਨ ਸੀ ਕੁੱਟਣ ਕਰਨ ਦਾ? ਉਹਨਾਂ ਦਾ ਕਾਫੀ ਚਿਰ ਤੋਂ ਸਕੂਲ ਚੱਲਦਾ ਜੀ, ਇਹਨਾਂ ਦਾ ਆਪਸ ਵਿੱਚ ਪਹਿਲਾਂ ਲੜਕੀ ਨੇ ਇਹਨਾਂ ਖਿਲਾਫ਼ ਪਰਚਾ ਦਰਜ ਕਰਾਇਆ, ਉਹ ਇਹਨਾਂ ਦੇ ਕੰਸਟਰਕਸ਼ਨ ਅੱਗੇ ਮਨਜ਼ੂਰ ਨਹੀਂ ਹੋਈ, ਇਹਨਾਂ ਦੇ ਸਾਰੇ ਪਰਿਵਾਰ ਦੇ ਖਿਲਾਫ਼ ਹੋਇਆ ਦਰਜ। ਅਰੈਸਟ ਕਰ ਲਿਆ ਜੀ ਲੜਕੀ? ਹਾਂਜੀ ਹਾਂਜੀ, ਕੀ ਕਾਰਵਾਈ ਕੀ ਹੈ, ਮੁਕੱਦਮਾ ਕਿਹੜਾ ਦਰਜ ਕੀਤਾ? ਮੁਕੱਦਮਾ ਨੰਬਰ 238 238, ਠੀਕ ਹੈ ਜੀ।